ਦਾ ਸਵਾਗਤ ਹੈ ਜੀ। ਅੱਜ ਅਸੀਂ ਪਹੁੰਚੇ ਹਾਂ ਜੀ ਸਿੰਘੂ ਬਾਰਡਰ ਤੇ ਦਿੱਲੀ। ਸਾਡੇ ਨਾਲ ਕਿਸਾਨ ਸਾਥੀ ਮੌਜੂਦ ਨੇ ਜੀ, ਆਓ ਉਹਨਾਂ ਨਾਲ ਗੱਲਬਾਤ ਕਰਦੇ ਹਾਂ ਜੀ। ਅੱਜ ਦੀ ਜਿਹੜੀ ਮੀਟਿੰਗ ਹੋਣੀ ਸੀਗੀ ਉਹਨਾਂ ਦੇ ਬਾਰੇ ਕੀ ਕਹਿਣਾ ਉਹਨਾਂ ਦਾ ਜੀ? ਜੀ ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਜੀ, ਵਾਹਿਗੁਰੂ ਜੀ ਕਾ ਖਾਲਸਾ, ਸ੍ਰੀ ਵਾਹਿਗੁਰੂ ਜੀ ਕੀ ਫਤਿਹ। ਕੀ ਨਾਂ ਜੀ ਆਪਣਾ? ਮੇਰਾ ਨਾਂ ਜੀ ਵਿਕਰਮਜੀਤ ਸਿੰਘ, ਮੇਰਾ ਪਿੰਡ ਤਲਵੰਡੀ ਕਲਾਂ, ਤਹਿਸੀਲ ਜਗਰਾਉਂ, ਜ਼ਿਲ੍ਹਾ ਲੁਧਿਆਣਾ। ਤੁਸੀਂ ਕਦੋਂ ਆਏ ਜੀ ਉਰੇ? ਅਸੀਂ ਕੱਲ੍ਹ ਆਏ ਹਾਂ ਜੀ, 7 ਤਰੀਕ ਨੂੰ ਰਾਤ ਨੂੰ, ਅਤੇ ਰਾਤ ਨੂੰ ਅਸੀਂ ਪਹੁੰਚ ਗਏ ਸੀ ਇੱਥੇ ਸਿੰਘੂ ਬਾਰਡਰ। ਭਾਜੀ ਇੱਥੇ ਤਲਵੰਡੀ ਕਲਾਂ ਤੋਂ ਹੋਰ ਵੀ ਸੁਣਨ 'ਚ ਆਈ ਸੀ ਖਬਰ ਜੀ, ਵੀ ਦੋ ਸਾਥੀ ਆਏ ਸੀਗੇ ਜੀ, ਹਰਬੰਸ ਸਿੰਘ ਖਾਲਸਾ ਜੀ ਅਤੇ ਪਵਨ ਸਿੰਘ ਧਨੋਆ ਜੀ, ਉਹ ਵੀ ਆਪਣੇ ਨਾਲ ਆਏ ਜੀ। ਹਾਂਜੀ, ਉਹ ਸਾਡੇ ਪਿੰਡ ਦੇ ਵਾਸੀ ਸਰਦਾਰ ਹਰਬੰਸ ਸਿੰਘ ਖਾਲਸਾ ਅਤੇ ਪਵਨ ਸਿੰਘ ਧਨੋਆ, ਜੋ ਕਿ ਪਹਿਲੇ ਦਿਨ ਸਿੰਘੂ ਬਾਰਡਰ 'ਤੇ ਪਹੁੰਚੇ ਸੀ। ਉਹਨਾਂ ਨੇ ਬੜੇ ਹੀ ਸੂਝਵਾਨ ਅਤੇ ਤਰਕ ਦੇ ਨਾਲ ਪੁਲਿਸ ਅਫਸਰਾਂ ਨਾਲ ਵਧੀਆ ਤਰੀਕੇ ਨਾਲ ਗੱਲਬਾਤ ਕੀਤੀ ਅਤੇ ਉਹਨਾਂ ਨੂੰ ਗੱਲ ਆਉਣ ਨਹੀਂ ਦਿੱਤੀ ਕੋਈ। ਤਾਂ ਅਸੀਂ ਉਹਨਾਂ ਦੇ ਇਹ ਮਾਂਗ ਆ ਸਾਨੂੰ ਵੀ ਉਹ ਸਾਡੇ ਪਿੰਡ ਦੇ ਵਾਸੀ ਨੇ ਅਤੇ ਬਹੁਤ ਤਕੜੇ ਯੋਧੇ ਸਾਡੇ ਪਿੰਡ ਨੂੰ ਦਿੱਤੇ ਨੇ, ਅਸੀਂ ਮੰਗ ਕਰਦੇ ਹਾਂ। ਅੱਜ ਅਸੀਂ ਬੈਠੇ ਹਾਂ ਕਿਸਾਨਾਂ ਨਾਲ, ਕਿਸਾਨਾਂ ਦੀ ਟਰਾਲੀ 'ਚ, ਜੋ ਉਸ ਤੇ ਜਜ਼ਬਾ ਜਨੂਨ ਭਰਿਆ ਹੋਇਆ ਕੁੱਟ ਕੁੱਟ ਕੇ ਗੱਲਬਾਤ ਕਰਦੇ ਆ। ਸਾਡੇ ਨਾਲ ਵੀਰ ਤਲਵੰਡੀ ਕਲਾਂ ਤੋਂ ਬਰਜੇਸ਼ ਬੈਠੇ ਨੇ ਤੇ ਉਹਨਾਂ ਦੇ ਅਸੀਂ ਸੁਝਾਅ ਲਵਾਂਗੇ ਕਿਸਾਨ ਸੰਘਰਸ਼ ਬਾਰੇ ਕੀ ਕਹਿਣਾ ਹੈ। ਮੋਦੀ ਸਰਕਾਰ ਦਾ ਫੈਸਲਾ ਆਪਾਂ ਨੂੰ ਪਤਾ ਹੀ ਹੈ ਜੀ, ਉਹ ਜਾਣ ਬੁੱਝ ਕੇ ਅੜੇ ਹੋਏ ਆਪਦੇ ਫੈਸਲੇ ਤੇ, ਮੰਨਣਾ ਨੀ ਚਾਹੁੰਦੇ, ਮੰਨੇ ਵੀ ਹੋਏ ਨੇ ਪਰ ਜਾਣ ਬੁੱਝ ਕੇ, ਮਤਲਬ ਇੱਕ ਤਰ੍ਹਾਂ ਦਾ ਆਪਦਾ ਦਿਖਾ ਰਹੇ ਅਸੀਂ ਬਹੁਤ ਅੱਖਰ ਵਾਲੇ ਆ ਜਾਂ ਬਹੁਤ ਉਹ ਨੇ, ਮੰਨਣਾ ਨੀ ਚਾਹੁੰਦੇ ਉਹ, ਪਰ ਅਸੀਂ ਮਨਾ ਕੇ ਛੱਡਾਂਗੇ, ਖੜਦੇ ਅਸੀਂ ਵੀ ਨਹੀਂ। ਮੈਂ ਸੁਣਿਆ ਪੰਜਾਬੀ ਕੌਮ ਜਿੱਥੇ ਵੀ ਜਾਂਦੀ ਆ ਤੇ ਗੋਡਣੀਆਂ ਲਵਾ ਕੇ ਜਾਂਦੀ ਆ, ਤੁਸੀਂ ਇਹ ਮੰਨਦੇ ਹੋ? ਮੰਨਣਾ ਪੈਣਾ ਜੀ, ਆਪਣਾ ਇਤਿਹਾਸ ਆ ਜੋ ਪੰਜਾਬੀਆਂ ਦਾ, ਜਿਵੇਂ ਬਾਬਾ ਬਘੇਲ ਸਿੰਘ ਜੀ ਨੇ ਦਿੱਲੀ ਤੇ ਆ ਕੇ ਜਿੱਤ ਕੀਤੀ, ਹੋਰ ਬਹੁਤ ਆਪਣੇ ਗੁਰੂ ਪੀਰ ਜੋ ਹੋਏ ਨੇ ਬਹੁਤ ਜਿੱਤ ਇੱਥੇ ਕੀਤੀ ਬਹੁਤ ਜਗ੍ਹਾ ਤੇ, ਉਹਨਾਂ ਤੋਂ ਸਾਨੂੰ ਸਿੱਖਣ ਨੂੰ ਮਿਲਦਾ ਵੀ ਅਸੀਂ ਵੀ ਆਪਦਾ ਉਦਾਰ ਰੁਤਬਾ ਰੱਖੀਏ ਜਾਂ ਉਦਾਰ ਜਨੂਨ ਰੱਖੀਏ ਜਿੱਤ ਕੇ ਜਾਈਏ ਤੇ ਮਤਲਬ ਹਾਰੀਆਂ ਨਾ ਇਹ ਚੀਜ਼ ਤੋਂ। ਹੁਣ ਜਿੱਤਿਆ ਹੋਇਆ ਸੰਘਰਸ਼ ਇੱਕ ਤਰ੍ਹਾਂ ਦਾ ਵਿੱਢਿਆ ਹੋਇਆ, ਜੋ ਆਪਾਂ ਪਿੱਛੇ ਨਾ ਮੁੜੀਏ। ਜਦੋਂ ਤੁਸੀਂ ਇੱਥੋਂ ਦੇ ਯੂਥ ਨੂੰ ਤੇ ਹੋਰ ਜਿਹੜੀਆਂ ਗਤੀਵਿਧੀਆਂ ਚੱਲ ਰਹੀਆਂ ਸੰਘਰਸ਼ 'ਚ, ਉਹਦੇ ਬਾਰੇ ਕੋਈ ਮੈਸੇਜ ਦੇਣਾ ਚਾਹੋਗੇ? ਵੈਸੇ ਵੀਰ ਜੀ ਇਹੀ ਆਪਣਾ ਹੁਣ ਕਈ ਮਤਲਬ ਕਹਿਣ ਫਿਰਦਾ, ਦੋ ਜੋ ਗਲਤ ਬੰਦੇ ਵੀ ਫਿਰਦੇ ਇਹਦੇ ਵਿੱਚ, ਉਹਨਾਂ ਥੋੜ੍ਹਾ ਜਿਹਾ ਆਪਣਾ ਸੁਚੇਤ ਰਹਿਣਾ ਚਾਹੀਦਾ। ਕੋਈ ਮਤਲਬ ਕਹਿ ਲਓ ਆਸੇ ਪਾਸੇ ਘਰ ਵਾਲੇ ਵੀ, ਕਈ ਮਤਲਬ ਛੋਟੇ ਬੱਚੇ, ਉਹਨਾਂ ਤੋਂ ਵੀ ਥੋੜ੍ਹਾ ਸੁਚੇਤ ਰਹੋ, ਕੁੜੀਆਂ ਕਾੜੀਆਂ ਵਾਲੇ ਚੱਕਰ 'ਚ, ਚੋਰੀ ਚਕਾਰੀ ਵਾਲੇ 'ਚ ਥੋੜ੍ਹਾ ਬਚ ਕੇ ਰਹਿਣਾ ਚਾਹੀਦਾ। ਜੋ ਆਪਣਾ ਟਰੈਕਟਰ ਟਰਾਲੀ ਆ ਕੇ ਜ਼ਰੂਰੀ ਨਹੀਂ ਆਪਾਂ ਹੀ ਬਚ ਕੇ ਰਹਿਣਾ, ਇਹਨਾਂ ਦਾ ਵੀ ਖਿਆਲ ਰੱਖਣਾ, ਤੇਲ ਕੱਢਦਾ ਕੁਛ ਆਪਣਾ ਸਿਸਟਮ ਕੋਈ ਛੇੜਛਾੜ ਕਰਦਾ, ਉੱਪਰ ਉਹਦਾ ਬਚਾਅ ਰੱਖਣਾ। ਆਪਾਂ ਨੇ ਸਾਰੇ ਕਿਸੇ ਨੂੰ ਦੇਖਦੇ ਇੱਕ ਦੂਜੇ ਦੀ ਚੀਜ਼ ਰੋਕਣਾ ਵੀ ਤੂੰ ਇੱਦਾਂ ਨਹੀਂ ਕਰਨਾ ਜਾਂ ਕੌਣ ਆ ਤੂੰ ਕੀ ਚੱਕਰ ਆ, ਮਤਲਬ ਉਹਨਾਂ ਨੂੰ ਡਰ ਪਾਉਣਾ ਆਪਣੇ ਪ੍ਰਤੀ ਬਹੁਤ। ਤੇ ਆਪਾਂ ਗੱਲ ਕਰਦੇ ਹਾਂ ਵੀ ਇਹ ਹੁਣ ਜਿਹੜਾ ਕਿਸਾਨ ਸੰਘਰਸ਼ ਸੀ, ਅੱਜ ਉਹ ਇੱਕ ਲੋਕ ਲਹਿਰ ਬਣ ਚੁੱਕਾ ਹੈ, ਤੁਹਾਡਾ ਇਸ ਬਾਰੇ ਕੀ ਕਹਿਣਾ ਹੈ? ਜੇ ਹੁਣ ਵੀਰ ਜੀ ਗੱਲ ਇਹ ਆ, ਜੇ ਮੋਦੀ ਸਰਕਾਰ ਹਜੇ ਵੀ ਨਾ ਮੰਨਦੀ ਹੈ, ਸਾਨੂੰ ਹੋਰ ਵੱਡਾ ਤਕੜਾ ਕਰਾਂਗੇ। ਹੋ ਸਕਦਾ ਵੀ ਇਹਨਾਂ ਨੂੰ ਲੱਗਦਾ ਹੋਊਗਾ ਵੀ ਕਿਤੇ 26 ਜਨਵਰੀ ਤੱਕ ਪਹਿਲਾਂ ਸਾਨੂੰ ਮਨਾ ਲੈਣਗੇ, ਪਰ ਇੱਦਾਂ ਨਹੀਂ ਹੋਊਗਾ। ਅਸੀਂ ਹੋਰ ਰੰਬੇ ਜਾਵਾਂਗੇ, ਜਿੰਨਾ ਟਾਈਮ ਸਾਨੂੰ ਮਰਜ਼ੀ ਰਹਿਣਾ ਪਵੇ, ਬਹਿਣਾ ਪਵੇ, ਚਾਹੇ ਦੋ ਹੱਥ ਵੀ ਕਰਨੇ ਪੈਣ ਸਰਕਾਰ ਨਾਲ, ਪਰ ਅਸੀਂ ਡਟੇ ਰਹਾਂਗੇ। ਅਖੀਰ ਤੇ ਤੁਸੀਂ ਕੁਝ ਕਿਸਾਨਾਂ ਨੂੰ ਜਾਂ ਕੁਝ ਹੋਰ ਜਿਹੜੇ ਵੀ ਆਪਣੇ ਨਾਲ ਲੋਕ ਜੁੜੇ ਨੇ, ਉਹਨਾਂ ਨੂੰ ਕੀ ਕਹਿਣਾ ਚਾਹੋਗੇ? ਵੀਰ ਸਭ ਨੂੰ ਹੱਥ ਜੋੜ ਕੇ ਇਹੀ ਬੇਨਤੀ ਆ ਵੀ ਹੁਣ ਜੋ ਆਪਾਂ ਮਤਲਬ ਸੰਘਰਸ਼ ਇੱਕ ਤਰ੍ਹਾਂ ਜਿੱਤ ਚੁੱਕੇ ਹਾਂ, ਪਿੱਛੇ ਮੁੜਨ ਬਾਰੇ ਨਾ ਸੋਚਿਓ, ਸੰਘਾਂ ਦੀ ਪੂਰਾ ਜ਼ੋਰ ਲਾ ਦਿਓ ਵੀ ਸਮਝ ਲਓ ਵੀ ਹਾਥੀ ਲੰਘ ਗਿਆ ਪੂਛ ਰਹਿ ਗਈ ਆ, ਵੀ ਇਹੀ ਯੋਜਨਾ ਆਪਾਂ ਅੱਗੇ ਵਧਣਾ। ਸਾਡੇ ਨਾਲ ਹੋਰ ਵੀ ਵੀਰ ਜੁੜੇ ਨੇ ਜਿਹੜੇ ਕਿ ਸਿੰਘੂ ਬਾਰਡਰ ਦੇ ਪਹਿਲੇ ਦਿਨ ਪਹੁੰਚੇ ਸੀ ਤੇ ਉਹਨਾਂ ਨੇ ਪੁਲਿਸ ਵਾਲਿਆਂ ਨਾਲ, ਜਿਹੜੇ ਆਪਾਂ ਕਿ ਅਫਸਰ ਕਹਿ ਸਕਦੇ ਹਾਂ ਵੱਡੇ, ਜਿਨ੍ਹਾਂ ਨੇ ਬੈਰੀਕੇਡਿੰਗ ਕੀਤੀ ਹੋਈ ਸੀ, ਉਹਨਾਂ ਨਾਲ ਬੜੀ ਹੀ ਤਰਕ ਤੇ ਸੂਝਵਾਨ ਦੇ ਨਾਲ ਉਹਨਾਂ ਨਾਲ ਗੱਲਬਾਤ ਕੀਤੀ ਤੇ ਆਪਾਂ ਉਹਨਾਂ ਨਾਲ ਗੱਲਬਾਤ ਕਰਦੇ ਹਾਂ। ਸਾਡੇ ਨਾਲ ਸਰਦਾਰ ਪਵਨ ਸਿੰਘ ਧਨੋਆ ਜੀ ਜੁੜੇ ਹੋਏ ਨੇ ਤੇ ਉਹਨਾਂ ਦਾ ਇਸ ਕਿਸਾਨੀ ਸੰਘਰਸ਼ ਦੇ ਚੱਲਦੇ ਸਮੇਂ ਦੌਰਾਨ ਉਹਨਾਂ ਦਾ ਕੀ ਕਹਿਣਾ ਹੈ, ਆਪਾਂ ਗੱਲਬਾਤ ਕਰਦੇ ਹਾਂ। ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ, ਜਿੰਨੇ ਵੀ ਤਲਵੰਡੀ ਖਾਲਸਾ ਲਾਈਵ ਦੇਖਦੇ ਆ। ਹੁਣ ਗੱਲ ਹੈਗੀ ਉਹ ਬਈ ਮੋਦੀ ਜਿਹੜਾ, ਜਿਵੇਂ ਵੀਰ ਨੇ ਕਿਹਾ ਵੀ ਹਾਥੀ ਲੰਘ ਗਿਆ ਪੂਛ ਹੀ ਰਹਿ ਗਈ ਆ। ਹੁਣ ਸਾਡੀ ਕਿਸਾਨਾਂ ਦੀ ਜਿਹੜੀ ਅਗਲੀ ਜਿਹੜੀ ਰਣਨੀਤੀ ਆ, ਉਹ 26 ਜਨਵਰੀ ਨੂੰ ਪਰੇਡ ਦੇ ਆ ਵੀ ਪਰੇਡ ਕਰਨੀ, ਜਿਹੜੀ ਆਪਾਂ ਇੰਡੀਆ ਗੇਟ 'ਤੇ ਟਰੈਕਟਰਾਂ ਨਾਲ ਰੈਲੀ ਕੱਢਣੀ ਆ ਇੱਕ। ਮੋਦੀ ਆਪਦੇ ਬੰਨਿਓ ਹੁਣ ਪੂਰੀ ਕੋਸ਼ਿਸ਼ ਕਰ ਰਿਹਾ ਬਈ ਕਿਸਾਨਾਂ ਨੂੰ ਰੋਕ ਲੂ। ਵੀਰ ਦੇ ਦੱਸਣ ਮੁਤਾਬਕ ਪਤਾ ਲੱਗਿਆ ਵੀ ਬਾਰਡਰ ਬਹੁਤ ਜ਼ਬਰਦਸਤ ਬੈਰੀਕੇਡਿੰਗ ਕਰ ਰਹੇ ਆ। ਮੋਦੀ ਦੀਆਂ ਜਿਵੇਂ ਖੱਟੜ ਦੀਆਂ ਘੀਸੀਆਂ ਕਰਾਈਆਂ, ਇੰਜ ਮੋਦੀ ਦੀਆਂ ਘੀਸੀਆਂ ਕਰਾ ਦਿਆਂਗੇ ਤੇ 26 ਜਨਵਰੀ ਨੂੰ
यह रैली निकल के रहू, मोदी जो करना चाहता कर लवे, ये साडा चैलेंज आ मोदी नू, जो करना चाहता कर लवे, जिड्डे मर्जी बैरीकेड कर लवे। जे 26 तरीक तो पहला बिल रद्द ना होए तां ये जड़ी रैली आ जिहड़े किसान आ सारे दिल्ली इंडिया गेट वल नू कूच करनगे। ਤਲਵੰਡੀ ਕਲਾਂ ਨਾਲ ਹੀ ਬਹੁਤ ਟਾਈਮ ਤੋਂ ਆਉਣਾ ਚਾਹੁੰਦੇ ਸੀਗੇ ਪਰ ਮੌਕਾ ਜਿਹੜਾ ਮਿਲ ਰਿਹਾ ਸੀ ਹੁਣ ਮੌਕਾ ਮਿਲਿਆ ਤੇ ਪਹੁੰਚੇ ਆ। ਤੁਹਾਨੂੰ ਕੀ ਮਹਿਸੂਸ ਹੋ ਰਿਹਾ ਜੀ ਇੱਥੇ ਆ ਕੇ? ਮਹਿਸੂਸ ਬਾਈ ਜੀ ਇਹ ਹੋ ਰਿਹਾ ਵੀ ਜ਼ਮੀਰ ਮਤਲਬ ਦੇਖ ਕੇ ਲੱਗਦਾ ਇੱਥੇ ਵੀ ਜ਼ਮੀਰ ਜਾਗ ਗਿਆ ਵਾ, ਆਉਣਾ ਚਾਹੀਦਾ ਵਾ, ਜਿਹੜੇ ਨੌਜਵਾਨ ਘਰੇ ਬੈਠੇ ਆ ਸਭ ਨੂੰ ਆਉਣਾ ਚਾਹੀਦਾ। ਤੁਹਾਨੂੰ ਕੀ ਲੱਗਦਾ ਜੀ ਮੋਦੀ ਬਿਲ ਵਾਪਸ ਕਰ ਲੂਗਾ? ਕਰਨੇ ਪੈਣੇ ਜੀ, ਕਰਾ ਕੇ ਛੱਡਾਂਗੇ, ਕਿਵੇਂ ਨਹੀਂ ਕਰੂਗਾ, ਸਭ ਕੁਛ ਹੋ ਜਾਂਦਾ ਕਰਕੇ। ਜੇ ਆਪਾਂ ਕੋਸ਼ਿਸ਼ ਕਰਾਂਗੇ ਫੇਰ ਹੀ ਆ ਨਾ, ਜੇ ਨਹੀਂ ਕਰਾਂਗੇ ਤਾਂ ਫਿਰ ਕਿਸੇ ਨੇ ਗੌਰ ਕਰਨੀ ਹੋਵੇ।